हाँ जी गाइस, सत श्री अकाल, वेलकम बैक टू माई न्यू वीडियो। सो गाइस, अज की वीडियो बहुत स्पैशल हो जा रही है। तो क्यों स्पैशल हो जा रही है दसनगे? अज वे ब्रदर की भाभी जी है वैडिंग एनीवर्सरी। तो गाइज, आप उन्होंने बिना दसे ही आ गए हैं केक लैन जल्दी जल्दी के उन्होंने आप जाके सरप्राइज देवे। तो वीडियो के नाल बने रहो, तो जल्दी जल्दी चैनल में सबसक्राइब कर लो। चलो मिलते हैं वीडियो के अगे। अच्छा, अंदरों की है यार, मैं वेखी नहीं। फ्रूट केक भाई कड़ा कड़ा है, क्रीम घट हो गई जी। हाँ जी, ओ ही फ्रूट। लो गाइस, सफाया वाला केक डन कर लिया। गाइस, अब केक ले आए हैं, तो चलो फिर चलते हैं घर। केक ले आए हैं, तो इन्होंने दिखावांगे केक किस तरह का। दिखाओ कैसा कि ਵਧੀਆ ਨਾ ਮੈਂ ਪਹਿਲਾਂ ਕਿਦਾਂ ਦਿਖਾ ਰਹੀ ਇਹਨਾਂ ਨੂੰ ਉੱਥੇ ਲੈ ਕੇ ਜਾਈ ਬੁੱਲਾ ਜੀ ਜੋ ਉਠਾ ਰਹਾ ਹੈ ਕੈਂਡਲ ਲੈ ਕੇ ਉਹ ਜਿਹੜੇ ਬੜੇ ਲੈ ਆਵਾਂਗੇ ਉੱਥੇ ਲੈ ਕੇ ਜਾ ਜਲਦੀ ਇਹ ਨਾ ਹੋ ਰਿਹਾ हाँ जी गाइस, आप सैलीब्रेट करके हम कोठे आ गए हैं। अज हवा वधिया चलती पई है, तो गुड्डी डावांगे डाइए। फिर डाइए, चलो जा। मेरी कितने लै भी हूँ वेखी ला ली दूर दूर तक दिखेगा। उड़िया वा एक इधर गुड्डा उड़िया, तो ये पेचा जाएगा। ਇਹੀ ਕੰਮ ਮਾੜਾ ਹੁੰਦਾ ਜਿਹੜਾ ਹੱਥ ਮਾਰਨ ਵਾਲਾ, ਪੇਚੇ ਦੇ ਵਿੱਚ ਹੱਥ ਮਾਰਨਾ। ਪਰ ਗੁੱਡੇ ਮੈਂ ਹੀ ਡਾਵਾਂਗਾ ਹਨਾ? ਨਹੀਂ ਨਹੀਂ, ਉਹ ਤੇ ਮੈਂ ਡਾਉਂਗਾ। ਨਹੀਂ ਨਹੀਂ, ਮੈਨੂੰ ਡਾਣਾ ਪੈਣਾ ਕਿਉਂਕਿ ਤੁਹਾਡੇ ਕੋਲ ਫੜਿਆ ਨਹੀਂ ਜਾਣਾ।
ਦਿਖਾਈ ਗੁੱਡੇ ਦਿਖਾਈ ਐਵੇਂ ਹੀ ਕਹਿ ਦੋ ਦਿਖਾਈ ਉਹ ਡੋਰ 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 ਖਰਾਬ ਹੋਈ ਨਹੀਂ ਡੋਰ ਤੇ ਚੱਜ ਦੀ ਲਿਆਓ ਕੀ ਡੋਰ ਨਵਾਂ ਗੱਟੂ ਖੋਲਿਆ ਵਾ ਰੱਖੜੀ ਲਿਆਓ ਬਈ ਆ ਦਿਖਾ ਫਿਰ ਆ ਮਸ਼ਲਾ ਡਾਵਾਂਗੇ ਮੈਂ ਗੁੱਡੇ ਨੂੰ ਤਲਾਵਾਂ ਪਾਈ ਜਾ ਰਹੀ ਆ ਇਹ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਕੈਨੇਡਾ ਦੀ ਵੀਡੀਓ ਆਈ ਕਹਿੰਦਾ 50-60 ਠੀਕ ਆ ਉਹਨੂੰ ਆਪਾਂ ਵੜਨਾ ਆ ਲੱਗੂਗਾ ਨਾ 10 ਤੱਕ ਨਾ ਵੱਡੂਗਾ ਨਹੀਂ 2 ਵਜੇ ਨਹੀਂ ਵੱਡੂਗਾ ਜਲਦੀ ਕਰ ਯਾਰ ਟਾਈਮ ਨਾ ਲਾ ਇੰਨਾ ਬਨ ਕੇ ਫੜਾ ਦੇ ਲਿਆ ਮੈਨੂੰ ਫੜਾ ਹੋਰ ਕੀ ਚੇਂਜ ਕਰਤਾ ਆਪਾਂ ਗੁੱਡੀ ਨਾਲ ਨੂੰ ਤਲਾਵਾਂ ਕਿਸੇ ਹੋਰ ਨੇ ਪਾਈਆਂ ਗੁੱਡਾ ਪਾੜ ਕਿੱਦਾਂ ਲੱਗ ਰਿਹਾ ਤਲਾਵਾਂ ਪਾ ਕੇ ਗੁੱਡਾ ਕਿਸੇ ਨੂੰ ਦੇਤਾ ਪਿਛਲੇ ਸਾਲ ਦਾ ਪਿਆ ਪਰ ਇਹਨੂੰ ਤਲਾਵਾਂ ਨੀ ਪਈਆਂ ਨਵਾਂ ਗੁੱਡਾ ਆਪਾਂ ਇਹਨੂੰ ਡਾਵਾਂਗੇ ਪਿਛਲੇ ਸਾਲ ਦੇ 2 ਗੁੱਡੇ ਰਹਿ ਗਏ ਸੀ ਚੱਲਾ 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 ਉਹ ਥੱਲੇ ਵੜ ਗਿਆ ਉਹਦਾ ਕਾਫੀ ਰਮਾਨਾ ਰਮਾਨਾ ਤੁਨਕੇ 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 ਜਾ ਜੀ ਨੀ ਤੈਨੂੰ ਗੱਟੂ ਹੈਗਾ ਪਿਛਲੇ ਸਾਲ ਦਾ ਨਵਾਂ ਗੱਟੂ ਹਾਲੇ ਖੋਲਿਆ ਸੀ ਲੇਕਿਨ ਉਹਦੇ ਨਾਲ ਸਾਡੀ ਡਾਇਨਿੰਗ ਸ਼ੁਰੂ ਕਿੰਨੀ ਕੀਤੀ ਆ ਗਿਆ ਹਟਦਾ ਹੀ ਨਹੀਂ ਵੈਸੇ ਨੇ ਬੜੀ ਪਸੂੜੀ ਪਾਈ ਹੋਈ ਸੀ 2-3 ਗੁੱਡੇ ਅੱਗੇ ਵੀ ਜਾ ਕੇ ਵੱਢ ਕੇ ਆਇਆ ਸੀ ਤਲਾਵਾਂ ਤਾਂ ਲਟਕਾ ਦਿੰਦਾ ਸੀ ਸਾਡੇ ਤੇ ਫਿਰ ਸਾਨੂੰ ਕਰਨਾ ਪੈਣਾ ਸੀ ਇਹਦਾ ਕੰਮ ਹੁਣ ਉਹ ਨਹੀਂ ਹੈਗੀ